ਬਾਬਾ ਹਮੀਰ ਦਾਸ ਜੀ ਦੀ 6ਵੀਂ ਬਰਸੀ ਦੇ ਮੌਕੇ ਉੱਪਰ ਪਿੰਡ ਕਾਉਣੀ ਜ਼ਿਲ੍ਹਾ ਫਰੀਦਕੋਟ ਸਮੂਹ ਨਗਰ ਦੇ ਸਹਿਯੋਗ ਨਾਲ ਬਾਬਾ ਹਮੀਰ ਦਾਸ ਜੀ ਦਾ ਮੇਲਾ ਕਮੇਟੀ ਵੱਲੋਂ ਵਾਲੀਵਾਲ ਟੂਰਨਾਮੈਂਟ ਅਤੇ ਉੱਗੇ ਲੋਕ ਗਾਇਕ ਮੁਹੰਮਦ ਸਦੀਕ ਅਤੇ ਬੀਬੀ ਸੁਖਜੀਤ ਕੌਰ ਰੰਗਾਰੰਗ ਪ੍ਰੋਗਰਾਮ ਵੀ ਕੀਤਾ ਗਿਆ। ਪਿੰਡ ਕਾਉਣੀ ਜ਼ਿਲ੍ਹਾ ਫਰੀਦਕੋਟ ਨੇੜੇ ਸਾਦਕ ਜਿੱਥੇ ਬਾਬਾ ਹਮੀਰ ਦਾਸ ਜੀ ਦਾ ਸਾਲਾਨਾ ਬਰਸੀ ਮਨਾਈ ਜਾਂਦੀ ਹੈ ਪਿੰਡ ਵਾਲਿਆਂ ਵੱਲੋਂ, ਇਸ ਸੰਬੰਧ ਦੇ ਵਿੱਚ ਵਾਲੀਵਾਲ ਦੇ ਟੂਰਨਾਮੈਂਟ ਵੀ ਕਰਾਏ ਗਏ। ਮੁਹੰਮਦ ਸਦੀਕ ਅਤੇ ਸੁਰਜੀਤ ਕੌਰ ਜੀ ਉਹਨਾਂ ਦਾ ਅਖਾੜਾ ਵੀ ਲਵਾਇਆ ਗਿਆ। ਇਸ ਟਾਈਮ ਮੇਰੇ ਨਾਲ ਕਮੇਟੀ ਦੇ ਮੈਂਬਰ ਸਾਹਿਬਾਨ ਔਰ ਸਮੂਹ ਨਗਰ ਵਾਸੀ ਹਾਜ਼ਰ ਖੜ੍ਹੇ ਹੈ। ਮੈਂ ਇਹਨਾਂ ਨੂੰ ਪੁੱਛਣਾ ਚਾਹੂੰਗਾ ਵੀ ਬਾਬਾ ਹਮੀਰ ਦਾਸ ਜੀ ਦਾ 51ਵਾਂ ਮੇਲਾ ਹੈ ਅਤੇ ਸਾਰਾ ਪਿੰਡ ਕਿਸ ਤਰ੍ਹਾਂ ਰਲ ਕੇ ਕਿੰਨੀ ਵੱਡੀ ਖੁਸ਼ੀ ਦੇ ਨਾਲ ਮਨਾਉਂਦੇ ਹੈ। ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸਮੁੱਚੀ ਨਗਰ ਦੀ ਗ੍ਰਾਮ ਪੰਚਾਇਤ ਵੱਲੋਂ ਮੇਲਾ ਕਮੇਟੀ ਬਾਬਾ ਹਮੀਰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਬਾਬਾ ਹਮੀਰ ਦਾਸ ਜੀ ਦਾ 6ਵਾਂ ਜਿਹੜਾ ਸਾਲਾਨਾ ਮੇਲਾ ਜਿਹੜਾ ਸਾਲਾਨਾ ਇਹ ਮਨਾਇਆ ਗਿਆ ਪੂਰੇ ਨਗਰ ਵੱਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ। ਇਹ ਉਦਾਸੀਨ ਸੰਪਰਦਾ ਦੇ ਵਿੱਚੋਂ ਸੰਤ ਹੋਏ ਆ ਬਾਬਾ ਠਾਕਰ ਦਾਸ, ਉਹਨਾਂ ਦੇ ਵਾਹਿਗੁਰੂ ਬਾਬਾ ਬਚਨ ਦਾਸ ਉਹਦੇ ਚੇਲੇ ਸੀਗੇ ਹਮੀਰ ਦਾਸ। ਜੋ ਹਮੀਰ ਦਾਸ ਸੀਗੇ ਉਹਨਾਂ ਨੇ ਸਾਡੇ ਪਿੰਡ ਦੇ ਬਜ਼ੁਰਗਾਂ ਨੂੰ ਉਰਦੂ ਦੀ ਤਮੀਲ ਵੀ ਦਿੱਤੀ ਹੈ। ਇਸ ਡੇਰੇ ਦੇ ਵਿੱਚ ਇਹ ਡੇਰੇ ਦੀ ਜੋ ਜਗ੍ਹਾ ਹੈ ਇੱਥੇ ਸਾਲਾਨਾ ਹੀ ਮੇਲਾ ਕਰਵਾਇਆ ਜਾਂਦਾ ਹਮੀਰ ਦਾਸ ਦੀ ਯਾਦ ਦੇ ਵਿੱਚ। ਉਹ ਦਾਸੀ ਸੰਤ ਸੀਗਾ ਜਿਸ ਦੀ ਯਾਦ ਦੇ ਵਿੱਚ ਅਸੀਂ ਇਹ ਸਾਲਾਨਾ ਮੇਲਾ ਜਦੋਂ ਤੱਕ ਨਗਰ ਇਹ ਵਸਦਾ ਰਹੂਗਾ ਅਸੀਂ ਮਨਾਉਂਦੇ ਰਹਾਂਗੇ। ਬੁਲੰਦ ਨਿਊਜ਼ ਲਈ ਫਰੀਦਕੋਟ ਤੋਂ ਅੰਗਰੇਜ਼ ਸਿੰਘ ਦੀ ਨਿਊਜ਼।